ਆ ਪਿੰਡ ਦੇ ਲੋਕ ਨੇ ਉਹਨਾਂ ਵਾਸਤੇ ਕੀ ਸਾਰ ਕੋਈ ਹੁਣ ਕੀ ਸਾਰ ਉਹ ਤੇ ਰੱਬ ਆਸਰੇ ਹੀ ਹੈ ਜੀ ਉਹਨਾਂ ਦੇ ਕਿਉਂਕਿ 베ੜੀ ਤੇ ਬੰਦ ਹੈ ਤੇ ਆਵਾਜ਼ਾ ਵੀ ਕੋਈ ਵੀ ਨਹੀਂ ਹੈ ਉਧਰ ਕੋਈ ਆਰਜੀ ਪ੍ਰਬੰਧ ਟੀਸੀ ਕੋ ਫੰਡ ਹੁੰਦੇ ਆ ਕੋਈ ਆਰਜੀ ਪ੍ਰਬੰਧ ਉੱਥੇ ਕੀ ਕਰਕੇ ਤੇ ਢਾਹ ਰੁਕੀ ਜਾਏ ਕਿਉਂਕਿ ਪਿੰਡ ਦੀ ਵਾਦੀ ਨੂੰ ਪਿੰਡ ਦੇ ਘਰ ਜਿਹੜੇ ਉਹ ਵਿੱਚ ਪੈ ਜਾਣਗੇ ਦਰਿਆ ਤੇ ਨੁਕਸਾਨ ਹੋਏਗਾ ਲੋਕਾਂ ਦਾ ਆਰਥਿਕ ਇਸੇ ਸਾਬ ਆਪਣੇ ਲੈਵਲ ਤੇ ਕੁਝ ਕਰ ਸਕਦੇ ਜਾਂ ਮੋਟਰਬੋਟ ਭੇਜਣਗੇ ਜਾਂ ਕਿਸੇ ਤਰੀਕੇ ਦਾ ਹੈਲੀਕਾਪਟਰ ਜਾਂ ਹੋਰ ਜੋ ਵੀ ਉਹ ਕਰ ਸਕਦੇ ਉਹ ਕਰ ਸਕਦੇ ਜੋ ਸਾਡੇ ਕੋਲ ਬੋਟ ਹੈ ਉਹ ਤੇ ਚੱਲਦੀ ਹੈ ਹੱਥਾਂ ਨਾਲ ਬੰਦਿਆਂ ਨੇ ਚਲਾਣੀ ਆ ਉਹ ਤੇ ਚਲਣੀ ਨਹੀਂ ਇੰਨੇ ਪਾਣੀ 'ਚ ਪਹਾੜਾਂ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਕਰਕੇ ਉਹ ਜਿਹੜੇ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਨ ਕਰਕੇ ਉਹ ਜਿਹੜੇ ਦਰਿਆ ਦੇ ਵਿੱਚੋਂ 2 ਲੱਖ ਕਿਊਸਿਕ ਪਾਣੀ ਜਿਹੜਾ ਵਾ ਉਹ ਰਾਵੀ ਦਰਿਆ ਦੇ ਵਿੱਚ ਛੱਡ ਦਿੱਤਾ ਗਿਆ ਸੀ ਇਸ ਵਕਤ ਗੁਰਦਾਸਪੁਰ ਦੇ ਪਿੰਡ ਮਕੋੜਾ ਪੱਤਨ ਰਾਵੀ ਦਰਿਆ ਦੇ ਉੱਪਰ ਮੌਜੂਦ ਵਾ ਰਾਵੀ ਦਰਿਆ ਦੇ ਵਿੱਚ ਪਾਣੀ ਛੱਡਣ ਤੋਂ ਬਾਅਦ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਕੋੜਾ ਪੱਤਨ ਦੀਆਂ ਮਕੋੜਾ ਪੱਤਨ ਦੇ ਵਿੱਚ ਜੋ ਪਾਣੀ ਦਾ ਪੱਧਰ ਵਧਿਆ ਸੀ ਉਹ ਰਾਵੀ ਦਰਿਆ ਦੇ ਜ਼ਰੀਏ ਹੁਣ ਜਿਹੜਾ ਪਿੰਡ ਦੇ ਵਿੱਚ ਪਾਣੀ ਜਿਹੜਾ ਵਾ ਉਹ ਦਾਖਲ ਹੋਣਾ ਸ਼ੁਰੂ ਹੋ ਗਿਆ ਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮਕੋੜ ਦੇ ਨਾਲੋਂ ਬਿਲਕੁਲ ਟੁੱਟ ਚੁੱਕਾ ਤੇ ਲੋਕ ਜਿਹੜੇ ਨੇ ਇੱਥੇ ਇਕੱਤਰ ਹੋ ਗਏ ਨੇ ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਅਪੀਲ ਜਿਹੜੀ ਆ ਆਸ-ਪਾਸ ਦੇ ਲੋਕਾਂ ਨੂੰ ਜਿਹੜੇ ਰਾਵੀ ਦਰਿਆ ਦੇ ਆਸ-ਪਾਸ ਦੇ ਲੋਕ ਵਸਦੇ ਨੇ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਆ ਕਿ ਉਹ ਰਾਵੀ ਦਰਿਆ ਤੋਂ ਪਿੱਛੇ हट ਜਾਣ ਹਾਲਾਂਕਿ ਜਿਹੜਾ ਗੁੱਜਰ ਪਰਿਵਾਰ ਉਹ ਵੀ ਪਿੱਛੇ ਕਰ ਦਿੱਤਾ ਕਰ ਦਿੱਤਾ ਗਿਆ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਫਸਲ ਵਾਹ ਕਿਸਾਨਾਂ ਦੀ ਡੁੱਬਦੀ ਹੋ ਜਨ ਨਜ਼ਰ ਆ ਰਹੀ ਆ ਕਿਉਂਕਿ ਰਾਵੀ ਦਰਿਆ ਤੋਂ ਲਗਾਤਾਰ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਪਾਣੀ ਜਿਹੜਾ ਵਾ ਹੁਣ ਪਿੰਡਾਂ ਵਿੱਚ ਵੀ ਦਾਖਲ ਹੋਣਾ ਸ਼ੁਰੂ ਹੋ ਚ ਜੁਕਾ ਮੇਰੇ ਨਾਲ ਕੁਝ ਪਿੰਡ ਵਾਲਾ ਵਸੇ ਵੀ ਹੈਗੇ ਨੇ ਗਲਬਤ ਕਰਦੇ ਆ ਦੱਸ ਦਿਓ ਜੀ ਕਿੰਨੇ ਵਜੇ ਸੂਚਨਾ ਮਿਲੀ ਸੀ ਕਿ ਜਿਹੜਾ ਪਾਣੀ ਛੱਡਿਆ ਤੇ ਕਾਣੀ ਪਾਣੀ ਹੁਣ ਤੱਕ ਪਹੁੰਚ ਕਰ ਚੁੱਕਿਆ ਇਹ 8 ਵਜੇ ਸੂਚਨਾ ਮਿਲੀ ਸੀ ਜੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੋਨ ਆਇਆ ਵੀ ਲੋਕਾਂ ਨੂੰ ਪਿੱਛੇ ਕਰ ਦਿਓ ਜੀ ਤੇ ਕਾਫੀ ਪਾਣੀ ਜੀ ਪਿੱਛੇ ਵੀ ਫਸਲਾਂ ਦਾ ਨੁਕਸਾਨ ਹੋ ਗਿਆ ਪਿੱਛੇ ਪਾਣੀ 10-15 ਦਿਨ ਪਹਿਲੇ ਆਇਆ ਸੀ ਤੇ ਹੁਣ ਫੇਰ ਪਾਣੀ ਆ ਗਿਆ ਜੀ ਝੋਨਾ ਲੋਕਾਂ ਨੇ ਦੁਬਾਰਾ ਲਾਇਆ ਸੀ ਪਹਿਲਾਂ ਜਿਹੜਾ ਝੋਨਾ ਖਰਾਬ ਹੋ ਗਿਆ ਸੀ ਤੇ ਹੁਣ ਫੇਰ ਝੋਨਾ ਖਰਾਬ ਹੋ ਗਿਆ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਪਾਣੀ ਉਹ ਪਿੰਡਾਂ ਦੇ ਵਿੱਚ ਵੰਣਾ ਸ਼ੁਰੂ ਹੋ ਗਿਆ ਜੀ ਥੱਲੇ ਵਧਣ ਰਿਹਾ ਜੀ 12:00 ਵਜੇ ਤੱਕ 2:00 ਵਜੇ ਤੱਕ ਪਾਣੀ ਵਧਨੇ ਵਧਣਾ ਹੱਲੇ ਜੀ ਕੀ ਕਿਹਾ ਪ੍ਰਸ਼ਾਸਨ ਨੇ ਕੀ ਕਿਹਾ ਵੀ ਕਿੱਥੇ ਤੱਕ ਪਹੁੰਚ ਕਰ ਸਕਦਾ ਪਾਣੀ ਇਹ ਪਾਣੀ ਉਦੋਂ 2 ਲੱਖ ਕਿਊਸਿ ਵੀ ਸੀ ਤੇ ਕਾਫੀ ਨੁਕਸਾਨ ਕਰ ਗਿਆ ਇਹ ਤੋਂ ਐਕਟ ਕਹਿੰਦੇ 3 ਲੱਖ ਛੱਡਿਆ ਜੀ ਤੇ ਕਾਫੀ ਨੁਕਸਾਨ ਕਰ ਗਿਆ ਤੇ ਕੱਟ ਵੀ ਲੱਗਾ ਤੂਰ ਦੇ ਸਾਹਮਣੇ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੋਂ ਅਸੀਂ ਬਾਰ-ਬਾਰ ਮੰਗ ਕੀਤੀ ਆ ਵੀ ਜੇ ਪੱਥਰ ਨਹੀਂ ਜਾ ਸਕਦਾ ਉੱਥੇ ਟੈਂਡਲ ਹੋਏਦਾ ਹੀ ਪੱਥਰ ਨਹੀਂ ਜਾ ਸਕਦਾ ਉੱਥੇ ਕੋਈ ਆਰਜੀ ਪ੍ਰਬੰਧ ਡੀਸੀ ਕੋ ਫੰਡ ਹੁੰਦੇ ਆ ਤੇ ਕੋਈ ਆਰਜੀ ਉੱਥੇ ਕੀ ਕਰਕੇ ਤੇ ਢਾਹ ਰੁਕੀ ਜਾਏ ਕਿਉਂਕਿ ਪਿੰਡ ਦੀ ਵਾਦੀ ਨੂੰ ਪਿੰਡ ਦੇ ਘਰ ਜਿਹੜੇ ਉਹ ਵਿੱਚ ਪੈ ਜਾਣਗੇ ਦਰਿਆ ਤੇ ਨੁਕਸਾਨ ਹੋਏਗਾ ਲੋਕਾਂ ਦਾ ਆਰਥਿਕ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਜੀ ਪੀਡਬੀ ਡੀ ਦੇ ਦੇ ਘਰ ਜਿਹੜੇ ਨੇ ਉਹ ਵੀ ਮੋਕੇ ਤੇ ਜਾਜਾ ਲੈਣ ਦੇ ਲਈ ਪਹੁੰਚ ਨੇ ਸਰ ਦੱਸ ਦਿਓ ਜੀ ਜਿਹੜੀ ਕਿਸ਼ਤੀ ਪੈਂਦੀ ਸੀ ਕੀ ਹਾਲਾਤ ਨੇ ਉਹ ਪਿੰਡਾਂ ਦੇ ਪਿੰਡਾਂ ਦੇ ਹਾਲਾਤ ਮਾੜੇ ਆ ਕੱਟੇ ਪਏ ਆ ਹਲੇ ਬੀੜੀ ਕਿਸ਼ਤੀ ਬਿਲਕੁਲ ਨਹੀਂ ਚੱਲ ਰਹੀ ਪਾਣੀ ਦਾ ਬਹਾਅ ਬਹੁਤ ਤੇਜ਼ ਹੈ ਤੇ ਜੇਕਰ ਅਸੀਂ ਬੀੜੀ ਚਲਾਉਣ ਦੀ ਕੋਸ਼ਿਸ਼ ਕਰਾਂਗੇ ਤੇ ਕੋਈ ਜਾਨੀ ਮਾਲੀ ਨੁਕਸਾਨ ਹੋ ਉਸ ਕਰਾਏ ਕਰਕੇ ਬੀੜੀ ਜਿਹੜੀ ਆ ਹੀ ਟੋਟ ਸਤਾਪਿੰਡਾ ਦੇ ਲੋਕ ਨੇ ਉਹਨਾਂ ਵਾਸਤੇ ਕੀ ਸਾਰ ਕੋਈ ਹੁਣ ਕੀ ਸਾਰ ਉਹਦੇ ਰੱਬ ਆਸਰੇ ਹੀ ਹੈ ਜੀ ਉਹਨਾਂ ਦੇ ਕੋਈ ਕੋਈ 베ੜੀ ਤੇ ਬੰਦ ਹੈ ਤੇ ਆਵਾਜ਼ਾ ਵੀ ਕੋਈ ਵੀ ਨਹੀਂ ਹੈ ਉਧਰ ਇਹ ਕਰਕੇ ਜਦੋਂ ਜਿੰਨਾ ਚਿਰ 베ੜੀ ਨਹੀਂ ਚੱਲਦੀ ਉਹਨਾਂ ਚੱਕਰ ਤੇ ਉਹ ਲੋਕ ਕੱਟੇ ਹੀ ਹੈ ਸਾਡੇ ਨਾਲੋਂ ਪ੍ਰਸ਼ਾਸਨ ਦੇ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਜੇਕਰ ਕੋਈ ਆਫਤਾ ਉਧਰ ਲੱਕੇ ਚ ਬਣਦੀ ਹੈ ਤਾਂ ਫਿਰ ਉਹ ਕੀ ਸਹਾਰਾ ਰਹੂਗਾ ਉਹਨਾਂ ਦਾ ਸਹਾਰਾ ਤੇ ਆ ਜਾ ਕੇ ਤਾਂ 베ੜੀ 베ੜੀ ਹੈ ਜੀ ਉਹ ਜੇ ਕੋਈ ਬਣਦੀ ਹੈ ਤੇ ਉਹ ਫਿਰ ਆਪਣੇ ਸਾਹ ਦੇ ਡੀਸੀ ਸਾਹਿਬ ਆਪਣੇ ਲੈਵਲ ਤੇ ਕੁਝ ਕਰ ਸਕਦੇ ਜਾਂ ਮੋਟਰ ਰੋਡ ਭੇਜਣਗੇ ਜਾਂ ਕਿਸੇ ਤਰੀਕੇ ਦਾ ਹੈਲੀਕਾਪਟਰ ਜਾਂ ਜੋ ਵੀ ਉਹ ਕਰ ਸਕਦੇ ਉਹ ਕਰ ਸਕਦੇ ਜੋ ਸਾਡੇ ਕੋਲ ਬੋਟ ਹੈ ਉਹ ਤੇ ਚੱਲਦੀ ਹੈ ਹੱਥਾਂ ਨਾਲ ਬੰਦਿਆਂ ਨੇ ਚਲਾਣੀ ਹੈ ਉਹ ਤੇ ਚਲਣੀ ਨਹੀਂ ਇੰਨੇ ਪਾਣੀ ਚ ਜੇਕਰ ਕੋਈ ਹਾਲਾਤ ਵਿਗੜਦੇ ਤੇ ਐਨਡੀਆਰਐਫ ਜਾਂ ਪ੍ਰਸ਼ਾਸ ਜਿਹੜੇ ਆਰਮੀ ਦੇ ਜਵਾਨ ਨੇ ਉਹ ਵੀ ਤਰ੍ਹਾਂ ਹਾਂ ਤਾਂਾਦ ਕੀਤੇ ਜਾਣਗੇ ਲੋਡ ਪੈਣ ਤੇ ਜ਼ਰੂਰ ਕਰਨਗੇ ਹਰ ਹਾਲਤ ਦੇ ਵਿੱਚ ਕਰਨਗੇ ਬਿਲਕੁਲ ਜਿਸ ਤਰ੍ਹਾਂ ਲੋਕ ਕਹਿ ਰਹੇ ਨੇ ਕਿ ਜਿਹੜੇ ਸੱਤ ਪਿੰਡ ਵਪਾਰ ਵਸਦੇ ਨੇ ਰਾਵੀ ਦਰਿਆ ਤੋਂ ਉਹਨਾਂ ਦਾ ਸੰਪਰਕ ਜਿਹੜਾ ਵਾ ਬਿਲਕੁਲ ਟੁੱਟ ਚੁੱਕਿਆ ਤੇ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਜਿਹੜਾ ਅਮਲਾ ਵਾ ਪੂਰਾ ਲੱਗਿਆ ਹੋਇਆ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੁਖਤਾ ਪ੍ਰਬੰਧ ਕੀਤੇ ਨੇ ਜੇਕਰ ਕੋਈ ਹਾਲਾਤ ਹੋ ਜੇ ਬੰਦਿਆ ਤਾਂ ਐਨਡੀਆਰ ਆਫ ਦੀ ਮਦਦ ਹੋਰ ਜਿਹੜੇ ਆਰਮੀ ਦੇ ਅਧਿਕਾਰੀ ਨੇ ਉਹਨਾਂ ਦੀ ਮਤ ਜਿਹੜੀ ਲਈ ਜਾਵੇ ਕੁਝ ਹੋਰ ਲੋਕਾਂ ਨੇ ਭਾਈ ਦੱਸ ਦਿਓ ਜੀ ਇਸ ਵਕਤ ਕੀ ਹਾਲਾਤ ਨੇ ਭਾਈ ਇਸ ਟਾਈਮ ਤੇ ਸਾਰੇ ਪਾਸੇ ਪਾਣੀ ਪਿਆ ਹੋਇ ਪਰ ਹਰ ਸਾਲ ਦਾ ਇਹ ਕੰਮ ਹੈਗਾ ਪਰ ਆਪਾਂ ਦੇ ਸਾਨੂੰ ਸਰਕਾਰਾਂ ਕੋਲ ਇੱਕੋ ਦੁਆ ਕਰਦੇ ਆਂ ਕਿ ਜਦੋਂ ਜਿਹੜਾ ਤੁਸੀਂ ਕੀਤਾ ਹੋਇਆ ਕਿ ਹਾਂ ਵੀ ਪੁਲ ਬਣਾਉਂਦਾ ਨੇ ਉਹ ਜਲਦੀ ਛੇਤੀ ਤੋਂ ਛੇਤੀ ਲਾਗੂ ਕੀਤਾ ਜਾਏ ਜਾਂ ਕਿ ਫਿਰ ਇਹ ਰਿਕਵਰ ਨਾ ਆ ਸਕੇ ਪਾਣੀ ਜਿਹੜਾ ਵਾ ਕਿਹੜੇ ਪਿੰਡਾਂ ਤੱਕ ਪਹੁੰਚ ਚੁੱਕਿਆ ਹੁਣ ਇਹ ਮਕੋੜੇ ਤੱਕ ਤਾਂ ਪੁੱਜ ਗਿਆ ਹੁਣ ਅੱਗੇ ਦੇਖੋ ਪਾਣੀ ਦੇ ਪਿੱਛੇ ਛੱਡਿਆ ਹੋਇਆ ਅੱਗੇ ਦੇਖੋ ਕੀ ਬੰਦਾ ਸਰ ਕੁਝ ਕਹਿ ਨਹੀਂ ਸਕਦੇ ਸਰ ਬਿਲਕੁਲ ਤੁਹਾਨੂੰ ਮੈਂ ਤਸਵੀਰਾਂ ਵਿਖਾਉਣ ਦੀ ਕੋਸ਼ਿਸ਼ ਕਰਾਂਗਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਜਿਹੜਾ ਪਾਣੀ ਆ ਜਿਹੜਾ ਰਾਵੀ ਦਰਿਆ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਵਾ ਉਜੜ ਦਰਿਆ ਤੋਂ ਪਾਣੀ ਜਿਹੜਾ ਛੱਡਿਆ ਗਿਆ ਦੱਸਿਆ ਜਾ ਰਿਹਾ ਕਿ 2.60 ਲੱਖ ਕਿਊਸਿਕ ਪਾਣੀ ਜਿਹੜਾ ਵਾ ਉਹ ਛੱਡਿਆ ਗਿਆ ਜਿਸ ਕਰਕੇ ਪਾਣੀ ਜਿਹੜਾ ਵਾ ਹੁਣ ਪਿੰਡਾਂ ਦੇ ਵਿੱਚ ਵੀ ਪਹੁੰਚਣਾ ਸ਼ੁਰੂ ਹੋ ਚੁੱਕਿਆ ਇਹ ਪਿੰਡ ਨੇ ਰਾਵੀ ਦਰਿਆ ਤੋਂ ਬਿਲਕੁਲ ਪਿੱਛੇ ਜਿਹੜੇ ਪਿੰਡ ਨੇ ਮਕੋੜਾ ਪੱਤਨ ਪਿੰਡ ਹੋਇਆ ਜਾਂ ਹੋਰ ਪਿੰਡ ਜਿਹੜੇ ਹੈਗੇ ਨੇ ਉਹਨਾਂ ਪਿੰਡਾਂ ਤੱਕ ਪਾਣੀ ਜਿਹੜਾ ਵਾ ਉਹ ਪਹੁੰਚ ਚੁੱਕਿਆ ਵਾ ਤਾਂ ਇਹ ਪਾਣੀ ਕੀਤੇ ਜਾਣ ਤਾਂ ਜੋ ਕੋਈ ਜਾਨੀ ਮਾਨੀ ਨੁਕਸਾਨ ਨਾ ਹੋਵੇ ਹਾਲਾਂਕਿ ਡੀਸੀ ਗੁਰਦਾਸਪੁਰ ਐਸਐਸਪੀ ਗੁਰਦਾਸਪੁਰ ਜੋ ਹੋਰ ਇਰੀਗੇਸ਼ਨ ਵਿਭਾਗ ਦੇ ਇੱਥੇ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਹੈਗੇ ਨੇ ਉਹ ਮੌਕੇ ਤੇ ਪਹੁੰਚ ਚੁੱਕੇ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਇਹ ਪੁਖਤਾ ਪ੍ਰਬੰਧ ਨੇ ਉਹ ਲੋਕਾਂ ਵਾਸਤੇ ਕੀਤੇ ਗਏ ਨੇ ਕੈਮਰਾ ਪਰਸਨ ਜਗਜੀਤ ਸਿੰਘ ਦੇ ਨਾਲ ਅਫਤਾਰ ਸਿੰਘ ਸਪੋਕਸਮੈਨ ਟੀਵੀ ਗੁਰਦਾਸਪੁਰ ਮਕੋੜਾ ਪਤਨ